ਪੰਜਾਬੀ ਸਟੇਸ਼ਨ ਦੇਖ ਰਹੇ ਹੋ ਤੁਸੀਂ ਚੋਰਾਵਾਂ ਵੱਲੋਂ ਲੋਕਾਂ ਦਾ ਜੀਣਾ ਮੁਹਾਲ ਕੀਤਾ ਗਿਆ ਹੈ ਨਵੀਂ ਤੇ ਤਾਜ਼ਾ ਘਟਨਾ ਜਿਹੜੀ ਪਿੰਡ ਨਗਰ ਵਿਖੇ ਵਾਪਰੀ ਜਿਹੜਾ ਕਿ ਥਾਣਾ ਫਲੋਰ ਦੇ ਅਧੀਨ ਆਉਂਦਾ ਪਿੰਡ ਆ ਘਰ ਦੇ ਕੁਝ ਮੈਂਬਰ ਆਪਣੀ ਗੱਡੀ ਘਰ ਦੇ ਬਾਹਰ ਖੜੀ ਕਰਕੇ ਆਰਾਮ ਦੇ ਨਾਲ ਸੌਣ ਲਈ ਚਲੇ ਗਏ ਤੇ ਸੋਚਿਆ ਕਿ ਉਹਨਾਂ ਦੀ ਗੱਡੀ ਆਪਣੇ ਘਰ ਦੇ ਬਾਹਰ ਬਿਲਕੁਲ ਸੁਰੱਖਿਅਤ ਖੜੀ ਹੈ ਪਰ ਜਦੋਂ ਸਵੇਰੇ 6 ਵਜੇ ਉੱਠ ਕੇ ਉਹਨਾਂ ਨੇ ਦੇਖਿਆ ਤਾਂ ਉਹਨਾਂ ਦੀ ਗੱਡੀ ਦੇ ਚਾਰੇ ਟਾਇਰ ਗਾਇਬ ਸਨ ਕਿਉਂਕਿ ਉਹਨਾਂ ਨੇ ਕਿਤੇ ਜਾਣਾ ਸੀ ਜਦੋਂ ਉਹਨਾਂ ਨੇ ਦੇਖਿਆ ਤਾਂ ਗੱਡੀ ਟਾਇਰਾਂ ਤੋਂ ਬਿਨਾਂ ਏਟਾਂ ਦੇ ਉੱਪਰ ਖੜੀ ਸੀ ਹਾਲਤ ਇਹ ਹੋ ਗਈ ਹੈ ਕਿ ਤੁਸੀਂ ਆਪਣੀ ਹੀ ਚੀਜ਼ ਆਪਣੇ ਘਰ ਦੇ ਬਾਹਰ ਨਹੀਂ ਖੜੀ ਕਰ ਸਕਦੇ ਇਸ ਸਬੰਧ ਦੇ ਵਿੱਚ ਪਰਮਿੰਦਰ ਸਿੰਘ ਪੁੱਤਰ ਰਤਨ ਸਿੰਘ ਵੱਲੋਂ ਪੁਲਿਸ ਨੂੰ ਜੜੀ ਲਿਖਤੀ ਸ਼ਿਕਾਇਤ ਕੀਤੀ ਗਈ ਹੈ ਤੇ ਕਿਹਾ ਗਿਆ ਕਿ ਉਹਨਾਂ ਦੀ ਗੱਡੀ ਦੇ ਜੋ ਟਾਇਰ ਚੋਰ ਲਗਾ ਲਾ ਕੇ ਲੈ ਕੇ ਗਏ ਹਨ ਉਹਨਾਂ ਨੂੰ ਜਲਦੀ ਤੋਂ ਜਲਦੀ ਕਾਬੂ ਕੀਤਾ ਜਾਵੇ ਉਹਨਾਂ ਦੇ ਖਿਲਾਫ ਕਾਰਵਾਈ ਕੀਤੀ ਜਾਵੇ ਪਰ ਕਿਤੇ ਨਾ ਕਿਤੇ ਅੱਜ ਕੱਲ ਲੋਕ ਸੁਰੱਖਿਅਤ ਨਹੀਂ ਕੀ ਕਾਰਨ ਲੋਕ ਵੀ ਕੀ ਕਾਰਨ ਕੋਈ ਵੀ ਚੀਜ਼ ਜਿਹੜੀ ਆ 1 ਮਿੰਟ ਲਈ ਵੀ ਛੱਡ ਕੇ ਉਹ ਪਰਾਂ ਨਹੀਂ ਜਾ ਸਕਦੇ ਲੋਕ ਜਿਹੜੇ ਆ ਉਹਨੂੰ ਚੱਕ ਕੇ ਲੈ ਜਾਂਦੇ ਆ ਨਸ਼ਾ ਜਿਹੜਾ ਉਹ ਇਸ ਕਦਰ ਜਿਹੜਾ ਨੌਜਵਾਨਾਂ ਤੇ ਹੈਵੀ ਹੋ ਚੁੱਕਾ ਕਿ ਉਹਨਾਂ ਨੂੰ ਚੋਰੀਆਂ ਕਰਨ ਲਈ ਮਜਬੂਰ ਕਰ ਰਿਹਾ ਤੁਸੀਂ ਵੀ ਦੇਖੋ ਥਾਣਾ ਫਲੋਰ ਦੀ ਨੌਂਦੇ ਪਿੰਡ ਨਗਰ ਦੇ ਘਰ ਦੇ ਬਾਹਰ ਖੜੀ ਇਸ ਕਾਰ ਦੀਆਂ ਤਸਵੀਰਾਂ ਅਤੇ ਦੇਖੋ ਕਿ ਕਿਸ ਤਰ੍ਹਾਂ ਚੋਰ ਜਿਹੜੇ ਆ ਦਿਨ ਦਿਹਾੜੇ ਜਿਹੜਾ ਇਹਦਾ ਟਾਇਰ ਲੈ ਕੇ ਜਿਹੜੇ ਫਰਾਰ ਹੋ ਗਏ ਦੇਸ਼ ਵਿਦੇਸ਼ ਦੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਪੰਜਾਬੀ ਸਟੇਸ਼ਨ YouTube ਚੈਨਲ ਨੂੰ ਸਬਸਕ੍ਰਾਈਬ ਕਰੋ Facebook ਅਤੇ Instagram ਉਪਭੋਗਤਾ ਸਾਡੇ ਪੇਜ ਨੂੰ ਲਾਈਕ ਅਤੇ ਫੋਲੋ ਕਰੋ ਪੰਜਾਬੀ ਸਟੇਸ਼ਨ ਚੈਨਲ ਨੂੰ ਪੱਤਰਕਾਰਾਂ ਦੀ ਜ਼ਰੂਰਤ ਹੈ ਚਾਹਵਾਨ ਸੰਪਰਕ ਕਰੋ ਖਬਰਾਂ ਅਤੇ ਇਸ਼ਤਿਹਾਰ ਦੇਣ ਲਈ ਸਾਡੀ ਈਮੇਲ ਅਤੇ ਸਾਡੇ ਨੰਬਰ 9417574552 ਤੇ ਸੰਪਰਕ ਕਰੋ ਧੰਨਵਾਦ